ਕੋਰੋਨਾ ਵਾਇਰਸ ਦੇ ਸੰਬੰਧ ਵਿਚ ਹੀ ਸਾਰੇ ਡਿਪਾਰਟਮੈਂਟਸ ਦੇ ਨਾਲ ਮੀਟਿੰਗ ਕੀਤੀ ਹੈ। ਵੱਖ ਵੱਖ ਜਿੰਨੇ ਵੀ ਸਰਕਾਰੀ ਇੱਥੇ ਵਿਭਾਗ ਨੇ ਉਹਨਾਂ ਦੇ ਜਿਹੜੇ ਹੈਡਸ ਨੇ ਉਹਨਾਂ ਨੂੰ ਅੱਜ ਇੱਥੇ ਬੁਲਾਇਆ ਗਿਆ ਸੀ ਅਤੇ ਉਸਦੇ ਨਾਲ ਨਾਲ SMO ਤਿੰਨੋਂ SMOs ਜਿਹੜੇ ਸੀ ਉਹ ਵੀ ਹਾਜ਼ਰ ਸਨ। ਉਨ੍ਹਾਂ ਨੇ ਬੜੇ ਹੀ ਵਿਸਥਾਰ ਪੂਰਵਕ ਢੰਗ ਦੇ ਨਾਲ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਸੰਬੰਧ ਵਿਚ ਜਾਗਰੂਕ ਕੀਤਾ। ਉਨ੍ਹਾਂ ਨੂੰ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਇਸ ਬਿਮਾਰੀ ਦੇ ਨਾਲ ਬਚਿਆ ਜਾ ਸਕਦਾ। ਬਹੁਤ ਹੀ ਸਿੰਪਲ ਇਤਿਹਾਸ ਵਰਤ ਕੇ ਸਿੰਪਲ ਕਿ ਜੇ ਆਪਾਂ ਹੱਥ ਆਪਣੇ ਬਾਰ ਬਾਰ ਰੈਗੂਲਰਲੀ ਧੋ ਰਹੇ ਹਾਂ ਉਸ ਦੇ ਨਾਲ ਹੀ ਆਪਾਂ ਇਸ ਵਾਇਰਸ ਨੂੰ ਸਪਰੈਡ ਹੋਣ ਤੋਂ ਬਚਾ ਸਕਦੇ ਹਾਂ। ਦੂਸਰਾ, ਲੋਕਾਂ ਨੂੰ ਇਹ ਵੀ ਅੱਜ ਸਾਰਿਆਂ ਨੂੰ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਅੱਗੇ ਮੈਸੇਜ ਜਿਹੜਾ ਹੈ ਉਹ ਡਾਊਨ ਦਾ ਲਾਈਨ ਸਪਰੈਡ ਕਰਨ ਕਿ ਕਿਸੇ ਵੀ ਤਰ੍ਹਾਂ ਦੀ ਪੈਨਿਕ ਦੀ ਵੀ ਲੋੜ ਨਹੀਂ ਹੈਗੀ, ਅਨਡਿਊਲੀ ਮਾਸਕ ਜਾਂ ਸੈਨੀਟਾਈਜ਼ਰਸ ਖਰੀਦਣ ਦੀ ਲੋੜ ਨਹੀਂ ਹੈ। ਜਿਹੜੀ ਸਰਫੇਸਿਸ ਨੇ ਜਿਵੇਂ ਘਰ ਦੇ ਮੇਜ਼ ਨੇ ਜਾਂ ਜਿਹੜੇ ਦਰਵਾਜ਼ੇ ਨੇ ਉਹਨਾਂ ਦੀ ਨੋਬਸ ਨੇ ਉਹਨਾਂ ਨੂੰ 1% ਹਾਈਪੋਕਲੋਰਾਈਡ ਦੇ ਸੋਲਿਊਸ਼ਨ ਦੇ ਨਾਲ ਸਾਫ਼ ਕਰਵਾਇਆ ਜਾਏ। ਉਸ ਤੋਂ ਇਲਾਵਾ ਜਿਹੜੇ ਫਰਸ਼ ਹੈ ਉਹਦੇ ਵਿੱਚ ਲਾਈਜ਼ੋਲ ਦੇ ਨਾਲ ਜਿਹੜੇ ਪੋਚਾ ਹੈ ਉਹ ਲਗਵਾਇਆ ਜਾਏ ਤਾਂ ਕਿ ਜਿਹੜੀ ਜਿੰਨੀ ਵੱਧ ਤੋਂ ਵੱਧ ਆਪਾਂ ਸਾਫ਼ ਸਫਾਈ ਆਪਣੇ ਆਸ ਪਾਸ ਰੱਖਾਂਗੇ ਉਨਾ ਹੀ ਵਧੀਆ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਆਪਾਂ ਇਸ ਬਿਮਾਰੀ ਦੇ ਨਾਲ ਉਹਨੂੰ ਟੈਕਲ ਕਰ ਸਕਦੇ ਹਾਂ। ਜੀ, ਫਿਲਹਾਲ ਇੱਦਾਂ ਦਾ ਕੋਈ ਵੀ ਕੇਸ ਪਾਤਰਾਂ ਦੇ ਵਿੱਚ ਨਹੀਂ ਆਇਆ ਹੈਗਾ। ਜਿਹੜੇ ਕੁਝ ਬੰਦੇ ਜਿਹੜੇ ਬਾਹਰ ਦੀ ਟਰੈਵਲ ਦੀ ਜਿਨ੍ਹਾਂ ਦੀ ਹਿਸਟਰੀ ਹੈ ਉਹਨਾਂ ਨੂੰ ਸਾਡੀਆਂ ਜਿਹੜੀਆਂ ਟੀਮਸ ਨੇ ਉਹ ਪ੍ਰੋਪਰਲੀ ਮੋਨੀਟਰ ਕਰ ਰਹੀਆਂ ਨੇ ਤਾਂ ਕਿ ਉਹ 14 ਦਿਨ ਜਿਹੜੇ ਨੇ ਇੱਕ ਵੋਲੰਟਰੀ ਕੁਆਰੰਟਾਈਨ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਲੋਕਾਂ ਨੇ ਕਿਸੇ ਆਪਣੇ ਘਰ ਵਿੱਚ ਹੀ ਉਹ 14 ਦਿਨ ਰਹਿਣ, ਬਾਹਰ ਨਾ ਨਿਕਲਣ, ਲੋਕਾਂ ਨੂੰ ਨਾ ਮਿਲਣ ਜਾਂ ਰਿਲੀਜੀਅਸ ਪਲੇਸਿਸ ਤੇ ਨਾ ਜਾਣ। ਇਸ ਲਈ ਸਾਡੀ ਪੂਰੀ ਤਿਆਰੀ ਹੈ। ਸਾਡੇ ਜਿਹੜੇ CSC PSC ਨੇ ਪੂਰੀ ਤਰ੍ਹਾਂ ਇਕਵਿਪਡ ਨੇ। ਬਾਕੀ ਉਸ ਤੋਂ ਇਲਾਵਾ ਜਿਹੜੇ ਪਟਿਆਲੇ ਦੇ ਵਿੱਚ ਰਜਿੰਦਰਾ ਹਾਸਪਿਟਲ ਹੈ ਜਾਂ ਹੋਰ ਜਿਹੜੇ ਹਸਪਤਾਲ ਨੇ ਚੰਗੀ ਤਰ੍ਹਾਂ ਹਰ ਪੱਖੋਂ ਜਿਹੜੇ ਸਾਡੇ ਪ੍ਰਬੰਧ ਨੇ ਉਹ ਪੂਰੇ ਨੇ। ਕਿਸੇ ਤਰ੍ਹਾਂ ਦੀ ਕੋਈ ਪੈਨਿਕ ਕਰਨ ਵਾਲੀ ਜਿਹੜੀ ਹੈ ਸਿਚੁਏਸ਼ਨ ਨਹੀਂ ਹੈ। ਬਿਲਕੁਲ ਜੀ, ਮੈਂ ਪਹਿਲਾਂ ਵੀ ਮੀਟਿੰਗ ਕੀਤੀ ਸੀ, ਉਦੋਂ ਵੀ ਮੈਂ ਸਾਰੇ ਪਟਵਾਰੀ ਸਾਹਿਬਾਨ, ਸਾਰੇ ਨੰਬਰਦਾਰ, ਸਾਰੇ ਚੌਕੀਦਾਰਾਂ ਦੇ ਨਾਲ ਮੈਂ ਮੀਟਿੰਗ ਕਰ ਚੁੱਕੀ ਹਾਂ। ਉਹਨਾਂ ਸਭ ਨੂੰ ਵੀ ਇਹੀ ਦੱਸਿਆ ਗਿਆ ਕਿ ਪਿੰਡਾਂ ਦੇ ਵਿੱਚ ਅਸੀਂ ਅਨਾਊਂਸਮੈਂਟਸ ਵੀ ਕਰਵਾ ਰਹੇ ਹਾਂ, ਮੁਨਾਦੀਆਂ ਕਰਵਾ ਰਹੇ ਹਾਂ, ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰ ਰਹੇ ਹਾਂ ਕਿ ਕਿਸੇ ਵੀ ਤਰ੍ਹਾਂ ਦੇ ਅਫਵਾਹਾਂ ਤੋਂ ਬਚਣ। ਜਿਹੜੇ ਕੁਝ ਬਾਬੇ ਜਾਂ ਫਕੀਰ ਪਿੰਡਾਂ ਵਿੱਚ ਇਹ ਕਲੇਮ ਕਰਦੇ ਨੇ ਕਿ ਆਹ ਦਵਾਈ ਖਾ ਕੇ ਵਾਇਰਸ ਨਹੀਂ ਹੋਏਗਾ, ਇਹ ਬਿਮਾਰੀ ਨਹੀਂ ਹੋਏਗੀ ਜਾਂ ਇਹਦਾ ਇਲਾਜ ਹੈ, ਉਹ ਸਿਰਫ ਤਾਂ ਸਿਰਫ ਪੈਸੇ ਹੜਪਣ ਦੇ ਤਰੀਕੇ ਨੇ, ਹੋਰ ਕੁਛ ਨਹੀਂ। ਮੈਡੀਕਲ ਸਟੋਰ ਵਾਲੇ ਕੋਈ ਲੱਗਦਾ ਮਾਸਕ ਮੁਸਕ ਦੇ ਰੇਟ ਵਧ। ਅੱਜ ਜੀ ਕੈਮਿਸਟ ਐਸੋਸੀਏਸ਼ਨਸ ਦੀ ਮੀਟਿੰਗ DC ਸਾਹਿਬ ਵੱਲੋਂ ਵੀ ਕੀਤੀ ਗਈ ਹੈ। ਮੈਂ ਵੀ ਕੈਮਿਸਟ, ਜਿਹੜੇ ਪਾਤਰਾਂ ਦੇ ਕੈਮਿਸਟ ਐਸੋਸੀਏਸ਼ਨ ਦੇ ਹੈੱਡ ਨੇ ਉਹਨਾਂ ਨੂੰ ਮਿਲ ਚੁੱਕੀ ਹਾਂ। ਉਹਨਾਂ ਨੂੰ ਇਹੀ ਦੱਸਿਆ ਗਿਆ ਕਿ ਹੁਣ ਜਿਹੜੇ ਮਾਸਕ ਤੇ ਸੈਨੀਟਾਈਜ਼ਰਸ ਨੇ ਉਹ ਅਸੈਂਸ਼ੀਅਲ ਕਮੋਡਿਟੀ ਐਕਟ ਦੇ ਅੰਡਰ ਡਿਕਲੇਅਰ ਹੋ ਗਏ ਨੇ ਅਸੈਂਸ਼ੀਅਲ ਕਮੋਡਿਟੀ। ਇਸ ਕਰਕੇ ਹੁਣ ਨਾ ਤਾਂ ਕੋਈ ਇਹਦਾ ਰੇਟ ਵਧਾ ਸਕਦਾ, ਨਾ ਹੀ ਇਹਦੀ ਕਿਸੇ ਵੀ ਤਰ੍ਹਾਂ ਦੀ ਬਲੈਕ ਕੋਡਿੰਗ ਕਰ ਸਕਦਾ। ਸੋ ਜੇਕਰ ਕੋਈ ਕੈਮਿਸਟ ਲੋਕਾਂ ਤੋਂ ਵੱਧ ਚਾਰਜ ਕਰਦਾ, ਜਿਹੜਾ ਸਿੰਪਲ ਮਾਸਕ ਹੈ ਉਹ 10-12-15 ਰੁਪਏ ਦੇ ਵਿੱਚ ਹੈਗਾ, ਸੋ ਜੇਕਰ ਉਹਦੇ ਕੋਈ 50-100 ਚਾਰਜ ਕਰਦਾ ਤਾਂ ਲੋਕ ਉਸ ਤੋਂ ਬਿੱਲ ਦੀ ਡਿਮਾਂਡ ਕਰਨ, ਉਹ ਬਿੱਲ ਨਹੀਂ ਦੇਗਾ ਤੁਹਾਨੂੰ। ਤੇ ਜੇਕਰ ਕੋਈ ਇੱਦਾਂ ਦਾ ਫਿਰ ਵੀ ਉਹਨਾਂ ਨੂੰ ਹਰਾਸ ਕਰਦਾ ਕੋਈ ਕੈਮਿਸਟ, ਤਾਂ ਸਾਨੂੰ ਉਸ ਬਾਰੇ ਆ ਕੇ ਇਨਫੋਰਮੇਸ਼ਨ ਦੇਣ, ਉਸ ਦੇ ਖਿਲਾਫ਼ ਜਿਹੜੀ ਸਖ਼ਤ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏਗੀ। ਥੈਂਕ ਯੂ। ਥੈਂਕ ਯੂ ਜੀ।